ਸੌਦਾ ਕਰ ਲਿਆ ਮੂਸੀ ਵਾਲੇ ਨਾਲ ਕਿੰਨੇ ਦਾ ਸੌਦਾ ਹੋਇਆ ਦੱਸੋ ਕੀ ਕਹਿਣਾ ਜਾਊਂਗੀ 10 ਦਿਨ ਪਹਿਲਾਂ ਮੈਨੂੰ ਚਿੱਟੇ ਦਾ ਵਪਾਰੀ ਦੱਸਦਾ ਸੀ ਪੇਜਾਂ ਤੋਂ ਪਵਾ ਕੇ ਹਾਂਜੀ ਸਾਸਤਰੀ ਕਾਲਜੀ 9811.b ਲਾਈਕ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਦੀਆਂ ਦੋ ਨਵੀਆਂ ਅਪਡੇਟਾਂ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਅੱਜ ਦੀ ਨਵੀਂ ਅਪਡੇਟ ਇਹ ਹੈ ਕਿ ਕੱਲ ਬੀਤੇ ਦਿਨ ਪ੍ਰੈਸ ਕਾਨਫਰੰਸ ਜੋ ਕਿ ਚਸਪਿੰਦਰ ਸਿੰਘ ਚਾਹਲ ਕਾਂਗਰਸ ਆਗੂ ਮਾਨਸਾ ਤੋਂ ਜੋ ਕਿ ਕਾਂਗਰਸ ਤੋਂ ਐਮ.ਐਲ.ਏ ਦੀ ਟਿਕਟ ਦੀ ਮੰਗ ਕਰ ਰਹੇ ਆ ਉਹ ਦੋ ਤਿੰਨ ਫੋਟੋਕਾਪੀਆਂ ਕਾਨਫਰੰਸ ਦੇ ਵਿੱਚ ਚੱਕੀ ਫਿਰਦੇ ਸੀ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਫੋਟੋ ਬਹੁਤ ਵਾਇਰਲ ਹੋ ਰਹੀ ਆ ਜਿੱਥੇ ਲਿਖਿਆ ਹੈ ਕਿ ਆਓ ਚਲੋ ਸਾਥ ਦਈਏ ਸਿੱਧੂ ਮੂਸੇ ਵਾਲੇ ਨਾਲ ਤੇ ਇਹਦੇ ਤੇ ਉੱਤੇ ਉਹਨਾਂ ਦੀ ਕਾਨਫਰੰਸ ਦੇ ਵਿੱਚ ਕੀ ਬਿਆਨ ਨੇ ਆਓ ਜਰਾ ਤੁਹਾਨੂੰ ਉਸ ਵੀਡੀਓ ਵੱਲ ਲੈ ਚਾਲਦੇ ਆਂ ਤੇ ਜਿਹੜੇ ਸਿੱਧੂ ਮੂਸੇ ਵਾਲੇ ਬਾਈ ਨੂੰ ਪਿਆਰ ਕਰਦੇ ਆ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਕਿਹੜੇ ਕਿਹੜੇ ਪੇਜਾਂ ਤੇ ਬੋਸਟਾਂ ਪਈਆਂ ਨੇ ਭਈਆ ਮੈਂ ਸਾਰੇ ਕੜਵਾਲੇ ਕਾਫੀ ਪੇਜ ਨੇ ਜਿਵੇਂ ਕਿ ਮੂਸੇ ਵਾਲਾ ਬਾਣੀ ਮੂਸੇ ਵਾਲਾ ਜੱਟ ਮਾਨਸਾ ਦਾ ਪੁੱਤ ਸਿੱਧੂ ਸੋਨੀ ਮੂਸੇ ਵਾਲਾ ਗੀਤਾ ਵਾਲੀ ਸਿੱਧੂ ਰਿਵੋਲਵਰ ਰੇਵਿਲੇਸ਼ਨ ਸੌਰੀ ਸਿੱਧੂ ਰੈਵਿਲੇਸ਼ਨ ਮੂਸੀ ਵਾਲਾ ਬਾਣੀ ਐਕਸਪ੍ਰੈਸ ਕਾਫੀ ਪੇਜ ਨੇ ਆਪ ਆਪ ਬਣਾਏ ਹੋਏ ਨੇ ਤੇ ਜੇ ਨਹੀਂ ਬਣਾਏ ਸਪਸ਼ਟੀਕਰਨ ਕਿਉਂ ਨਹੀਂ ਦਿੰਦੇ ਲੋਕ ਕਿਉਂ ਬਣਾਏ ਨਹੀਂ ਮੈਂ ਤੁਹਾਨੂੰ ਪਹਿਲੀ ਦੱਸਤਾ ਜਦੋਂ ਵੀ ਮੇਰੇ ਵਰਗਾ ਅਰਦਾ ਖੜਦਾ ਇਹਦੇ 10000 ਫੋਲੋਅਰਸ ਨੇ 10 ਕਰੋੜ ਲਾ ਲੋ ਇਹਨਾਂ ਗਰੁੱਪ ਬਣਾਇਆ ਹੋਇਆ ਉਹਦੇ ਚ ਲਿਖ ਕੇ ਪਾਉਂਦੇ ਨੇ ਆ ਚੁਸ਼ਪਿੰਦਰ ਵੀਰ ਚੈਲ ਇਹਦੇ ਪੇਜ ਤੇ ਕਮੈਂਟ ਕਰੋ ਆ ਇਹਦਾ ਪਰਿਵਾਰ ਆ ਉਹਦੀਆਂ ਫੋਟੋ ਮੈਡਰ ਕਰੋ ਆ ਕਰੋ ਇਹਨੂੰ ਮੈਸੇਂਜਰ ਤੇ ਮੈਸੇਜ ਕਰੋ ਗੰਦੀ ਸਿਆਸਤ ਟੋਟਲੀ ਗੰਦੀ ਜਿਹੜੀ ਕਦੇ ਜ਼ਿੰਦਗੀ ਚ ਸੋਚੀ ਨਹੀਂ ਹੋਈ ਸੀ ਇਹ ਬੰਦੇ ਨੇ ਮਾਨਸਾ ਚ ਲਿਆਂਦੀ ਇਹ ਬੰਦੇ ਨੇ ਮਾਨਸਾ ਚ ਇਦਾਂ ਯਾਰ ਹੋਰ ਵੀ ਬੜੀਆਂ ਬਾਦਲ ਕੇ ਸਿਆਸਤ ਕਰਦੇ ਆ ਆਮ ਆਦਮੀ ਕਰ ਰਹੀ ਹੈ ਹਾਂਜੀ ਦੋਸਤੋ ਤੇ ਇਹ ਪੇ ਸੀਗੇ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਤੇ ਚੋਂ ਸੁਪਿੰਦਰ ਚਾਹਲ ਦੀ ਇਹ ਫੋਟੋ ਬਹੁਤ ਵਾਇਰਲ ਕੀਤੀ ਸੀ ਤੇ ਆਓ ਤੁਹਾਨੂੰ ਅੱਜ ਦੀ ਦੂਜੀ ਅਪਡੇਟ ਦੱਸਦੇ ਆ ਪ੍ਰੈਸ ਕਾਨਫਰੰਸ ਦੌਰਾਨ ਹੀ ਇੱਕ ਰਿਕਾਰਡਿੰਗ ਵੀ ਵਾਇਰਲ ਹੋਈ ਆ ਕਿਸੇ ਸਿੱਧੂ ਮੂਸੇਵਾਲਾ ਦੇ ਸਪੋਰਟਰ ਵੀਰ ਜਾਂ ਫੈਨ ਜਾਂ ਪੇਜ ਐਡਮਿਨ ਦੇ ਵੱਲੋਂ ਜਿਹਦੇ ਚੋਂ ਨੇ ਸਚਾਈ ਦੱਸੀ ਹੈ ਤੇ ਤੁਸੀਂ ਵੀ ਆਪਣੇ ਵਿਊਜ਼ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਇਸ ਬਾਰੇ ਚਲੋ ਆਓ ਤੁਹਾਨੂੰ ਫਿਰ ਉਸ ਰਿਕਾਰਡਿੰਗ ਵੱਲ ਲੈ ਕੇ ਚੱਲਦੇ ਹਾਂ ਅੱਜ ਜਸਪਿੰਦਰ ਉਹਨਾਂ ਨੇ ਇੱਕ ਇੱਕ ਪ੍ਰੈਸ ਕਾਨਫਰੈਂਸ ਕਰੀ ਆ ਤੇ ਉਹਨਾਂ ਇਲਜ਼ਾਮ ਲਾ ਰਹੇ ਨੇ ਸਾਡੇ ਪੇजेस ਤੇ ਸਿੱਧਾ ਵੀ ਅਸੀਂ ਕਿਸੇ ਦੇ ਨਾ ਪਹਾੜੇ ਦੇ ਟੱਟੂਆਂ ਅਸੀਂ ਕਿਸੇ ਦੇ ਪੈਸਾ ਲੈ ਕੇ ਕਿਸੇ ਤੇ ਕੰਮ ਕਰਦੇ ਆਂ ਪਰ ਅਸੀਂ ਲੋਕਾਂ ਨੂੰ ਸੱਚਾਈ ਦੱਸਣਾ ਚਾਹੁੰਦੇ ਆਂ ਵੀ ਇਹ ਗੱਲ ਕਿੱਥੋਂ ਨਿਕਲੀ ਤੇ ਕਿਵੇਂ ਆਈ ਹੁਣ ਕੋਈ ਕੁਝ ਕਹਿੰਦੇ ਨੇ ਉਹ ਜਿਵੇਂ ਉਹਨਾਂ ਨੇ ਸਾਡੇ ਦੇ ਦੋਸ਼ ਲਾਏ ਵੀ ਇਹ ਸਾਰੀ ਗੱਲ ਝੂਠੀ ਆ ਵੀ ਚਸਪਿੰਦਰ ਨੇ ਸਿੱਧੂ ਤੋਂ ਮਾਫੀ ਨਹੀਂ ਮੰਗੀ ਬੇਫੇਕ ਪ੍ਰੋਪੋਗੈਂਡਾ ਬਣਾਏ ਜਾ ਰਹੇ ਅਸੀਂ ਜੀਐਸਐਸਪੀ ਦੇ ਨੂੰ ਇਤਲਾਹ ਕਰਾਂਗੇ ਇਦਾਂ ਕਰਾਂਗੇ ਉਹ ਕਰਾਂਗੇ ਸੱਚਾਈ ਦੱਸਦੇ ਆਂ ਅਸੀਂ ਤੁਹਾਨੂੰ ਕੀ ਚੀਜ਼ ਇਹਦੇ ਪਿੱਛੇ ਗੱਲ ਇਦਾਂ ਹੋਈ ਜਦੋਂ ਤੱਕ ਤੇ ਇਹਨਾਂ ਨੂੰ ਬਹਿਮ ਸੀ ਵੀ ਸਾਨੂੰ ਟਿਕਟ ਮਿਲੂਗੀ ਇਹਨਾਂ ਨੇ ਬਹੁਤ ਪ੍ਰਦਰਸ਼ਨ ਕੀਤੇ ਆਪਣੀਆਂ ਰੈਲੀਆਂ ਕਰਕੇ ਆ ਜਿਹੜੀਆਂ ਫੁੱਸ ਲਿਕਣੀਆਂ ਸਾਰਾ ਕੁਝ ਕਰ ਕਰਕੇ ਦੇ ਲਿਆ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਐਂਡ ਦੇ ਵਿੱਚ ਜਦੋਂ ਕਿਸੇ ਬੰਦੇ ਨੂੰ ਪਹਿਲਾਂ ਬਹਿਮ ਹੁੰਦਾ ਨਾ ਵੀ ਪਤਾ ਨਹੀਂ ਮੈਨੂੰ ਟਿਕਟ ਮਿਲੂਗੀ ਉਦੋਂ ਤੱਕ ਇਹਨਾਂ ਨੇ ਪੂਰਾ ਜੋਰ ਮਾਰਿਆ ਹੁਣ ਇਹਨਾਂ ਨੂੰ ਜਦੋਂ ਉਤੋਂ ਇਹਨਾਂ ਨੂੰ ਇਤਲਾਹ ਹੋ ਗਈ ਵੀ ਟਿਕਟ ਦਾ ਬਾਈ ਸਿੱਧੂ ਮੂਸੇ ਵਾਲੇ ਦੀ ਐਥੋਂ ਪੱਕੀ ਹੁਣ ਇਹਨਾਂ ਨੇ ਕੀ ਕਰਿਆ ਪਹਿਲਾਂ ਇਹਨਾਂ ਨੇ ਪ੍ਰਪੋਜ਼ਲ ਭੇਜੇ ਨੇ ਕਿਸੇ ਦੇ ਥਰੂ ਭੇਜੇ ਸਿੱਧੂ ਦਾ ਖਾਨਾ ਵੀ ਕਿਵੇਂ ਨਾ ਕਿਵੇਂ ਸਾਡੇ ਨਾਲ ਸੈਟਲਮੈਂਟ ਹੋ ਜਵੇ। ਉਸ ਤੋਂ ਬਾਅਦ ਇਹਨਾਂ ਨੇ ਕਿਵੇਂ ਨਾ ਕਿਵੇਂ ਚਲੋ ਇਹਨਾਂ ਦੀ ਨਹੀਂ ਹੋਈ। ਇਹ ਬਾਈਕੋੜ ਪਹੁੰਚੇ ਆ। ਠੀਕ ਹੈ ਇਹਨਾਂ ਨੇ 22 ਦਿਨਾਂ ਦਾ ਪ੍ਰਪੋਜ਼ਲ ਇੰਦਾਂ ਦਾ ਕੀਤਾ ਵੀ ਵੀ ਅਸੀਂ ਕਿਵੇਂ ਨਾ ਕਿਵੇਂ ਸਾਡੇ ਨਾਲ ਰਾਜ਼ਮੰਦਤਾ ਕਰ ਲਾ। ਇਹ ਪ੍ਰਪੋਜ਼ਲ ਇਹ ਲੈ ਕੇ ਗਏ ਵੀ ਅਸੀਂ ਅੰਦਰ ਖਾਤੇ سپورਟ ਦਵਾਂਗੇ ਤੁਹਾਨੂੰ। ਬਾਈ ਨੇ ਗੱਲ ਇੱਕੋ ਕਹੀ। ਬੀ ਜੇ ਹੁਣ ਸਾਡੀ سپورਟ ਦੇ ਵਿੱਚ ਆਉਣਾ ਜੇ ਤੁਸੀਂ ਚਾਹੁੰਦੇ ਹੋ ਵੀ ਹਾਂ ਸਾਡੀ سپورਟ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਚਿੱਟੇ ਹੋ ਕੇ ਆਓ ਹੱਥ ਖੜੇ ਕਰਕੇ ਆਓ ਇਹ ਹਾਂ ਲੋਕਾਂ ਨੂੰ ਦੱਸ ਕੇ ਆਓ ਜਿਹੜੇ ਤੁਹਾਡੇ ਨਾਲ ਨੇ ਚਾਰ ਤੁਹਾਨੂੰ ਚਾਹੁੰਦੇ ਨੇ ਜਾਂ ਜਿਵੇਂ ਵੀ ਚਾਰ ਬੰਦੇ ਹੈਗੇ ਉਹਨਾਂ ਨੂੰ ਲੋਕਾਂ ਨੂੰ ਦੱਸ ਕੇ ਆਓ ਵੀ ਹਾਂ ਅਸੀਂ ਸਿੱਧੂ ਨੂੰ سپورਟ ਦੇ ਰਹੇ ਹਾਂ ਅੰਦਰ ਖਾਤੇ ਦਾ ਕੀ ਮਤਲਬ ਕਿ ਲੋ ਤੁਸੀਂ ਲੋਕਾਂ ਨੂੰ ਚਾਹਨਾ ਚਾਹੁੰਦੇ ਹੋ ਵੀ ਨਾਲੇ ਤਾਂ ਲੋਕਾਂ ਨੂੰ ਕਹੋ ਵੀ ਹਾਂ ਜਸਪਿੰਦਰ ਲੜੂਗਾ ਨਾਲੇ ਕਹੋ ਅਸੀਂ ਅੰਦਰ ਖਾਤੇ ਸਿੱਧੂ ਦੀ سپورਟ ਦਾ ਜੇ ਤਾਂ ਮੈਂ ਜਿੱਤ ਗਿਆ ਤਾਂ ਵੀ ਠੀਕ ਆ ਜੇ ਸਿੱਧੂ ਜਿੱਤ ਗਿਆ ਤਾਂ ਸਿੱਧੂ ਨਾਲ ਮੇਰੀ ਅੰਦਰੋਂ ਖਾਤੇ ਸੈਟਿੰਗ ਹੈਗੀ ਹੋएगी ਕੀ ਤੁਸੀਂ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਹੋ ਜਦੋਂ ਸਿੱਧੂ ਨੇ ਇਹ ਚੀਜ਼ ਨਕਾਰਤੀ ਵਿਜੇਤਾ ਹੋਣਾ ਭਾਈ ਤੁਸੀਂ ਰੰਗੇ ਹੱਥੀਆਓ ਠੀਕ ਆ ਨਹੀਂ ਪਰ ਸਾਨੂੰ ਐਕਸੈਪਟ ਨਹੀਂ ਸਾਨੂੰ ਇਹ ਜੀ ਸਪੋਰਟ ਦੀ ਲੋੜ ਨਹੀਂ ਠੀਕ ਆ ਨਾ ਕਿਉਂਕਿ ਇਹਨਾਂ ਨੂੰ ਐਸੀ ਜਦੋਂ ਤੱਕ ਤਾਂ ਇਹਨਾਂ ਨੂੰ ਲੱਗਦਾ ਸੀ ਵੀ ਸਾਨੂੰ ਟਿਕਟ ਮਿਲ ਜੂਗੀ ਉਦੋਂ ਤੱਕ ਤਾਂ ਇਹ ਆਪਣਾ ਲੱਗ ਰਹੇ ਜਦੋਂ ਇਹਨਾਂ ਨੇ ਦੇਖਿਆ ਵੀ ਹੁਣ ਕੁਝ ਨਹੀਂ ਮਿਲਣਾ ਹੌਣ ਖਾਲੀ ਹੱਥ ਨੇ ਫਿਰ ਇਹ ਸਿੱਧੂ ਦੇ ਪੈਰਾਂ 'ਚ ਜਾ ਕੇ ਰੇ ਠੀਕ ਆ ਤੇ ਬਾਈ ਨੇ ਨਕਾਰ ਤੇ ਉਹ ਕਿਵੇਂ ਨਾ ਕਿਵੇਂ ਉੱਥੋਂ ਜਿਹੜੇ ਬਾਈ ਦੇ ਨਾਲ ਬੰਦੇ ਨੇ ਉਹ ਗੱਲ ਸਾਡੇ ਤੱਕ ਪਹੁੰਚ ਗਈ ਠੀਕ ਆ ਜੀ ਆਬਵੀਅਸਲੀ ਹਰੇਕ ਬੰਦੇ ਨਾਲ 10 ਬੰਦੇ ਰਹਿੰਦੇ ਨੇ ਕੋਈ ਕੱਦਾ ਲੀਕ ਕਰ ਦੇਵੇ ਉਹਦੇ ਵਿੱਚ ਸਿੱਧੂ ਦੀ ਵੀ ਕੀ ਗਲਤੀ ਐ ਯਾਰ ਉਹ ਕਿੰਨੇ ਕ ਦਿਨੇ ਅਗਰ ਰੱਖ ਲੂਗਾ ਮੇਰੇ ਨਾਲ ਦਾ ਕੌਣ ਬੰਦਾ ਕਿਹੜੀ ਗੱਲ ਲੀਕ ਕਰ ਰਿਆ ਠੀਕ ਆ ਉਹ ਗੱਲ ਜਦ ਬਾਹਰ ਮੀਡੀਆ ਦੇ ਵਿੱਚ ਆ ਗਈ ਠੀਕ ਆ ਨਾ ਆਪਾਂ ਹੋਰ ਮੀਡੀਆ ਏਜੰਸੀਆਂ ਨੇ ਜਿੰਨੀਆਂ ਵਿੱਚ ਉਹਨਾਂ ਨੂੰ ਕਿਸੇ ਵੀ ਲੀਡਰ ਬਾਰੇ ਕੋਈ ਮਾੜੀ ਮੋਟੀ ਖੂਬੋ ਬੋਲ ਆਗਦੀ ਆ ਉਹ ਜਦ ਹੀ ਲਿਖ ਕੇ ਪਾ ਦਿੰਦੇ ਨੇ ਸੂਤਰਾਂ ਤੋਂ ਪਤਾ ਲੱਗਿਆ ਹਨ ਜੇ ਅਸੀਂ ਲਿਖ ਦਾਂਦੇ ਸੂਤਰਾਂ ਤੋਂ ਪਤਾ ਲੱਗਿਆ ਫਿਰ ਉਹ ਗੱਲ ਹੋਰ ਹੋ ਜਾਂਦੀ ਅਸੀਂ ਸਿੱਧਾ ਲਿਖਤਾ ਉਹ ਵੀ ਭਾਈ ਐਂ ਕਰਕੇ ਜਸਪਿੰਦਰ ਦੇ ਬਦਲੇ ਸੁਰੋਂ ਨੇ ਇਸ ਸਿੱਧੂ ਤੋਂ ਮਾਫੀ ਮੰਗੀ ਮੰਗੀ ਆ ਯਾਰ ਹਾਂ ਇਹਦੇ ਵਿੱਚ ਇਹਨਾਂ ਨੂੰ ਇਹਨਾਂ ਦਾ ਮੁੱਦਾ ਪਤਾ ਕਿ ਉਹ ਇਹਨਾਂ ਨੇ ਦੇਖਿਆ ਨਾ ਤਾਂ ਸਾਡੀ ਸਿੱਧੂ ਨਾਲ ਸੈਟਿੰਗ ਬੈਠੀ ਠੀਕ ਆ ਨਾ ਸਾਨੂੰ ਟਿਕਟ ਮਿਲਣੀ ਆ ਅੱਛਾ ਇਹ ਗੱਲ ਮੀਡੀਆ 'ਚ ਵੀ ਆ ਗਈ ਲੋਕਾਂ ਸਾਹਮਣੇ ਵੀ ਆ ਗਈ ਹਾਂ ਕਿ ਹਾਂ ਜਸਪਿੰਦਰ ਮਾਫੀ ਮੰਗ ਗਿਆ ਸੀ ਜਸਪਿੰਦਰ ਨੇ ਰਾਜੀਮੰਤਾ ਕਰਨ ਦੀ ਕੋਸ਼ਿਸ਼ ਕੀਤੀ ਇਹ ਚੀਜ਼ ਤੋਂ ਇਹ ਬੌਂਦਲ ਗਏ ਜਦੋਂ ਇਹ ਬੌਂਦਲੇ ਫਿਰ ਇਹਨਾਂ ਨੇ ਦੇਖਿਆ ਵੀ ਆ ਹੁਣ ਤਾਂ ਮੀਡੀਆ 'ਚ ਵੀ ਗੱਲ ਆ ਗਈ ਸਾਡੀ ਗੱਲ ਵੀ ਨਹੀਂ ਬਣੀ ਉਹਦਾ ਕਾਣਾ ਬਦਨਾਮੀ ਵੀ ਹੋ ਗਈ ਨਾ ਸਾਡਾ ਕੋਈ ਤੀਰ ਤੁੱਕਾ ਚੱਲਿਆ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਪ੍ਰੈਸ ਕਾਨਫਰੰਸ ਕਰੀ ਮੀਡੀਆ ਵਾਲੇ ਬੁਲਾਏ ਉੱਥੇ ਪ੍ਰੋਪੋਗੈਂਡਾ ਇਤਾਂ ਦਾ ਲੋਕਾਂ ਸਾਹਮਣੇ ਰ ਮੀਡੀਆ ਸਾਹਮਣੇ ਇਦਾਂ ਦਾ ਪ੍ਰੋਪੋਗੈਂਡਾ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਵੀ ਪਤਾ ਨਹੀਂ ਸਾਡੇ ਨਾਲ ਕਿੱਡਾ ਕੁ ਹੋ ਰਿਹਾ ਜਦਕਿ ਇਹ ਆਪਣੇ ਜਿਹੜਾ ਇਹਨਾਂ ਨੇ ਪਿੱਠ ਪਿੱਛੇ ਲੋਕਾਂ ਦੇ ਨਾਲ ਬਾਈ ਦੇ ਨਾਲ ਸੈਟਿੰਗ ਕਰਨ ਦੀ ਕੋਸ਼ਿਸ਼ કરી ਬਾਈ ਨੇ ਉਹ ਚੀਜ਼ ਨੂੰ ਐਕਸੈਪਟ ਨਹੀਂ ਕੀਤਾ ਨਾ ਉਹਨੂੰ ਲੁਕਾਉਣਾ ਚਾਹੁੰਦੇ ਸੀ ਇਹਨਾਂ ਨੇ ਲੋਕਾਂ ਸਾਹਮਣੇ ਆਪਣੀ ਛਵੀ ਇਦਾਂ ਦੀ ਪੇਸ਼ ਕਰਨ ਦੀ ਸੋਚੀ ਵੀ ਹਾਂ ਇਹ ਕੁਝ ਹੈਂਡਲ ਨੇ ਇਦਾਂ ਦੇ ਜੋ ਕੰਮ ਕਰਦੇ ਨਹੀਂ ਜਾਂ ਸਾਡੇ ਖਿਲਾਫ ਫੇਕ ਨਿਊਜ਼ਾਂ ਬਣਾਉਂਦੇ ਬਈ ਫੇਕ ਨਿਊਜ਼ਾਂ ਨਹੀਂ ਹੈਗੀਆਂ ਗੱਲ ਪਤੇ ਦੀ ਹੈ ਸਚਾਈ ਦੀ ਹੈ ਹਾਂ ਜਾਂ ਤਾਂ ਤੁਸੀਂ ਆ ਕੇ ਸਾਹਮਣੇ ਕਹੋ ਅਸੀਂ ਨਹੀਂ ਸੈਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤੱਕ ਤੁਹਾਨੂੰ ਲੱਗਦਾ ਜੀ ਤੁਹਾਡੀ ਟਿਕਟ ਪੱਕੇ ਉਹਦੇ ਤੱਕ ਤੁਸੀਂ ਬੜੇ ਰੈਲੀਆਂ ਪ੍ਰਦਰਸ਼ਨ ਕਰਦੇ ਰਹੇ ਜਿਹੜੀਆਂ ਤੁਹਾਡੀਆਂ ਫੋਸ ਨਿਕਲੀਆਂ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਸਾਨੂੰ ਟਿਕਟ ਨਹੀਂ ਮਿਲਦੀ ਫਿਰ ਤੁਸੀਂ ਸਿੱਧੂ ਕੋਲ ਜਾਂਦੇ ਹੋ ਸਿੱਧੂ ਅੱਗੋਂ ਤੁਹਾਨੂੰ ਰਕਾਰਦਾ ਵੀ ਜੇਤਣਾਣਾ ਭਾਈ ਰੰਗੇ ਹੱਥੀ ਆਓ ਨਹੀਂ ਪਰ ਮੈਂਦਰ ਖਾਤੇ ਕੋਈ ਸਪੋਰਟ ਨਹੀਂ ਚਾਹੁੰਦਾ ਨਾ ਮੈਨੂੰ ਲੋੜ ਆ ਉਹ ਕਹਿੰਦਾ ਯਾਰ ਜੇਤਣਾ ਜਿੱਤਣਾ ਹੋਊਗਾ ਮੈਂ ਆਪਣੇ ਆਪ ਜਿੱਤ ਜਾਊਗਾ ਠੀਕ ਆ ਨਾ ਮੈਨੂੰ ਇਹੋ ਜਿਹੀ ਕਿਸੇ ਦੀ ਟੱਟੂ ਦੀ ਅੰਦਰ ਖਾਤੇ ਸਪੋਰਟ ਨਹੀਂ ਚਾਹੀਦੀ ਇਹ ਸਿੱਧੂ ਦੀ ਇਹ ਸਿੱਧੂ ਦੀ ਸਪੋਰਟ ਲਈ ਨਹੀਂ ਗਏ ਇਹ ਆਪਣੀ ਸੈਟਿੰਗ ਲਈ ਗਏ ਵੀ ਜੇ ਤਾਂ ਸਾਨੂੰ ਟਿਕਟ ਨਹੀਂ ਮਿਲਦੀ ਫਿਰ ਅਸੀਂ ਵੀ ਡੰਡੇ ਵਜਾਵਾਂਗੇ ਪਰ ਆਪਾਂ ਸਿੱਧੂ ਨਾਲ ਰਾਜ਼ੀ ਮੰਨਦਾ ਕਰ ਲਾਣੇ ਆ ਸਿੱਧੂ ਨੇ ਐਕਸੈਪਟ ਨਹੀਂ ਕੀਤੇ ਜਦੋਂ ਇਹ ਗੱਲ ਬਾਹਰ ਮੀਡੀਆ ਚ ਆ ਗਈ ਨਾ ਇਹਨੇ ਦੇਖਿਆ ਸਾਡਾ ਹੁਣ ਪ੍ਰਚਾਰ ਹੋਣ ਲੱਗ ਗਿਆ ਵੀ ਸਾਡੀ ਬਦਨਾਮੀ ਹੋ ਰਹੀ ਆ ਪਰ ਇਹਨਾਂ ਨੇ ਕੀ ਕਰਿਆ ਅਸੀਂ ਚਿੱਠੇ ਫਰੋਲਾਂਗੇ ਆ ਕਰਾਂਗੇ ਉਹ ਕਰਾ ਕੇ ਚਾਰ ਚਾਰ ਫੋਟੋ ਕਾਪੀਆਂ ਆ ਕੇ ਬਹਿ ਗਏ ਮੂਰੇ ਅਖੇ ਯਾਰ ਦੇਖੋ ਸਾਡੇ ਖਿਲਾਫ ਐ ਕਰ ਰਹੇ ਨੇ ਸਾਨੂੰ ਗਾਲਾਂ ਕੱਢ ਰਹੇ ਯਾਰ ਲੋਕ ਨੇ ਲੋਕ ਤੁਹਾਨੂੰ ਕੁਐਸਚਨ ਰਾਈਜ਼ ਕਰਨਗੇ ਥੋੜੇ ਵਿੱਚ ਚਾਰ ਬੰਦੇ ਪੱਖਦੇ ਨੇ ਜਿਹੜੇ ਕਹਿੰਦੇ ਨੇ ਅਖੇ ਜੀ ਉਹ ਵੀ ਸਾਨੂੰ ਚਾਰ ਕੁਐਸਚਨ ਕਰਦੇ ਨੇ ਸਿੱਧੂ ਨੂੰ ਕਰਦੇ ਹੋਣਗੇ ਆਪਾਂ ਹਰੇਕਿਆਂ ਲੋਕ ਆ ਯਾਰ ਲੀਡਰਾਂ ਨੂੰ ਸਵਾਲ ਕਰਨੇ ਬਣਦੇ ਨੇ ਸਾਡੇ ਕੋਲ ਥੋੜੀ ਖਬਰ ਪਹੁੰਚੀ ਸਾਡਾ ਪੌਣਾ ਫਰਜ਼ ਆ ਅਸੀਂ ਯਾਰ ਇਨਸਾਨ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿਤਾਉਣੇ ਆ ਅਸੀਂ ਜੇ ਤੁਸੀਂ ਕੋਈ ਚੰਗਾ ਕੰਮ ਕਰੋ ਥੋੜੀ ਚੰਗੇ ਕੰਮ ਦੀਆਂ ਪੋਸਟਾਂ ਪਾਓ ਅੱਛਾ ਜੇ ਮਾੜੇ ਦੀ ਪਾਤੀ ਫਿਰ ਅਸੀਂ ਬੇਕਾਰ ਹੋਗੇ ਫਿਰ ਅਸੀਂ ਗਲਤ ਹੋਗੇ ਫਿਰ ਅਸੀਂ ਪਹਾੜ ਦੇ ਟੱਟੂ ਹੋਗੇ ਇਦਾਂ ਨਹੀਂ ਹੁੰਦਾ ਯਾਰ ਹਾਂ ਜਿਹੜੀ ਗੱਲ ਜਾਇਜ਼ ਆ ਤੁਸੀਂ ਜਾਇਜ਼ ਗੱਲ ਤੇ ਆਓ ਜੇ ਤਾਂ ਤੁਸੀਂ ਨਹੀਂ ਗਏ ਜਾਂ ਤੁਹਾਡਾ ਨਹੀਂ ਤੁਸੀਂ ਇਦਾਂ ਦਾ ਕੋਈ ਕੋਸ਼ਿਸ਼ ਕਰਨ ਦੀ ਕੋਈ ਤਾ ਤਾਂ ਤਾਂ ਤੁਸੀਂ ਕਹੋ ਇਹ ਗੱਲ ਨਹੀਂ ਹੁੰਦੀ ਵੀ ਤੁਸੀਂ ਪਹਾੜ ਦੇ ਡਟੂਂਗੇ ਜਿਹੜੇ ਫਿਰ ਤੁਹਾਡੇ ਨਾਲ ਚਾਰ ਬੰਦੇ ਤੁਹਾਡੇ ਤੁਹਾਡੇ ਲਈ ਕੰਮ ਕਰਦੇ ਨੇ ਜਾਂ ਤੁਹਾਡੇ ਕਹਿਣ ਤੇ ਪੋਸਟ ਆ ਪਾਉਂਦੇ ਨੇ ਉਹ ਵੀ ਪਹਾੜੀ ਦੇ ਟੱਟੂ ਹੋਗੇ ਅਸੀਂ ਲੋਕ ਆ ਯਾਰ ਅਸੀਂ ਸਾਂਝੇ ਬੰਦੇ ਆ ਠੀਕ ਆ ਹਾਂ ਸਾਡੇ ਕੋਈ ਪੇਜ ਚੱਲਦੇ ਨੇ ਹਰੇਕ ਬੰਦਾ ਕਿਸੇ ਦਾ ਕਿਸੇ ਦਾ ਕੋਈ ਫੈਨ ਫਾਲੋਅਰ ਹੁੰਦਾ ਜਿਵੇਂ ਵੀ ਮਰਜ਼ੀ ਹੈ ਨਾ ਤੁਹਾਡੇ ਵੀ ਵਿਚਾਰ ਹੋਣਗੇ ਸਾਡੇ ਵਿਚਾਰ ਨੇ ਠੀਕ ਆ ਨਾ हां जे ओ पेज ਤੋਂ ਮੈਂ ਹੈਗਾ ਤੇ ਇੱਕ ਯਾਰ ਵੋਟਰਾਂ ਇਸ ਪੰਜਾਬ ਦਾ ਇੱਕ ਬੰਦਾ ਨੌਜਵਾਨ ਆ ਮੇਰੀ ਵੋਟ ਆ ਹਨਾ ਠੀਕ ਆ ਮੈਂ ਮੇਰੇ ਕੋਲ ਜੇ ਕੋਈ ਹੈਂਡਲ ਆ ਮੈਂ ਭਾਵੇਂ ਕਿਸੇ ਮਰਜ਼ੀ ਦਾ ਭਾਵੇਂ ਉਹ ਫੈਨ ਸਿੱਧੂ ਦਾ ਭਾਵੇਂ ਕੋਈ ਮਰਜ਼ੀ ਨਾ ਵਾ ਨਾਮ ਤੋਂ ਤੁਹਾਨੂੰ ਕੀ ਮਤਲਬ ਮੈਂ ਇੱਕ ਤੁਹਾਨੂੰ ਕੁਐਸਚਨ ਰਾਈਜ਼ ਕਰ ਰਿਹਾ ਲੋਕਾਂ ਸਾਹਮਣੇ ਥੋਡੀਆਂ ਪਰਤਾਂ ਰੱਖ ਰਿਹਾ ਵੀ ਹਾਂ ਇਦਾਂ ਦੀ ਗੱਲ ਹੋਈ ਆ ਮੈਂ ਇੱਕ ਮੀਡੀਆ ਏਜੰਸੀ ਬਣ ਕੇ ਲੋਕਾਂ ਤੱਕ ਗੱਲ ਪਹੁੰਚਾਉਣੀ ਸਾਡਾ ਫਰਜ਼ ਆ ਯਾਰ ਠੀਕ ਹੈ ਨਾ ਅਸੀਂ ਗੱਲ ਪਹਚਾਈ ਤੁਹਾਨੂੰ ਮਿਰਚ ਲੱਗੀ ਤੁਹਾਨੂੰ ਇਹ ਹੋਇਆ ਵੀ ਸਾਡੀ ਯਾਰ ਬਦਨਾਮੀ ਕਰਤੀ ਹੁਣ ਸਾਡੀ ਬਦਨਾਮੀ ਹੋ ਗਈ ਸਾਡਾ ਕੰਮ ਵੀ ਨਹੀਂ ਆ ਬਣਿਆ ਫਿਰ ਤੁਸੀਂ ਬੌਦੜ ਕੇ ਇਹ ਜਿਹੜਾ ਪ੍ਰੋਪੋਗੈਂਡਾ ਲੋਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਇਹਦੇ ਵਿੱਚ ਕਦੇ ਸਫਲ ਨਹੀਂ ਹੋਵੋਗੇ ਲੋਕ ਤੁਹਾਨੂੰ ਦਰਦਰ ਤੇ ਜਿੱਥੇ ਜਾਓਗੇ ਤੁਹਾਨੂੰ ਕੁਐਸਚਨ ਰਾਈਜ਼ ਹੋਣਗੇ ਠੀਕ ਹੈ ਜੀ ਧੰਨਵਾਦ ਤੇ ਇਹ ਸੀ ਅੱਜ ਦੀਆਂ ਦੋ ਅਪਡੇਟਾਂ ਖੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਤੇ ਸਬਸਕ੍ਰਾਈਬ ਕਰਨਾ ਚੈਨਲ ਨਾ ਭੁੱਲਿਓ 911.b ਲਾਈਕ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਧੰਨਵਾਦ